कोरोना वायरस महामारी ਦੌਰਾਨ ਮੱੱਚੀ ਹਹਾਕਾਰ ਵਿੱਚ ਇਹ ਤਸਵੀਰਾਂ ਸਕੂਨ ਦੇਣ ਵਾਲੀਆਂ ਹਨ ਆਪਸੀ ਭਾਈਚਾਰੇ ਅਤੇ ਪਿਆਰ ਮੁਹੱਬਤ ਦੀ ਬਾਤ ਪਾਉਂਦੀਆਂ ਹਨ ਤਸਵੀਰਾਂ ਜੰਮੂ ਦੇ ਪਿੰਡ ਜੋੜਾ ਫਾਰਮ ਦੀਆਂ ਹਨ ਜਿੱਥੇ ਸਿੱਖ ਯੂਥ ਸੇਵਾ ٹرسٹ ਨੇ ਭਾਈਚਾਰੇ ਦੀ ਮਿਸਾਲ ਕਾਇਮ ਕਰਦੇ ਆ ਮੁਸਲਿਮ ਪਰਿਵਾਰਾਂ ਨੂੰ ਇਫਤਾਰ ਪਾਰਟੀ ਦਿੱਤੀ ਹੈ ਉਹਨਾਂ ਦਾ ਰੋਜ਼ਾ ਤੜਵਾਇਆ ਬਾਰਤਪਾਗ ਸਰਹੱਦ ਤੇ ਵਸੇ ਇਸ ਪਿੰਡ ਦੇ ਲੋਕ ਇੱਕ ਤਾਂ ਪਹਿਲਾਂ ਹੀ ਸਰਹੱਦ ਤੇ ਹੁੰਦੀ ਗੋਲੀਬਾਰੀ ਤੋਂ ਪਰੇਸ਼ਾਨ ਰਹਿੰਦੇ ਹਨ ਤੇ ਉਪਰੋਂ ਮੌਜੂਦਾ ਕਰੋਨਾ ਵਾਇਰਸ ਮਹਾਮਾਰੀ ਨੇ ਇਹਨਾਂ ਦਾ ਹੋਰ ਜੀਵਣਾ ਬਹਾਲ ਕੀਤਾ ਹੋਇਆ ਹੈ। ਰਮضان ਦਾ ਮਹੀਨਾ ਹੈ ਪਰ ਬਾਜ਼ਾਰ ਬੰਦ ਹਨ, ਲੋੜਵੰਦਾਂ ਤੇ ਥੁੜਾਂ ਦੇ ਮਾਰੇ ਇਸ ਪਿੰਡ ਦੇ ਲੋਕਾਂ ਦੀ ਮਦਦ ਲਈ ਇਸ ਘੜੀ ਵਿੱਚ ਸਿੱਖ ਯੂਥ ਸੇਵਾ ٹرسٹ ਨੇ ਇਹਨਾਂ ਮੁਸਲਿਮ ਪਰਿਵਾਰਾਂ ਦੀ ਮਾਂ ਫੜੀ ਹੈ ਅਤੇ ਇਫਤਾਰ ਪਾਰਟੀ ਦਾ ਪ੍ਰਬੰਧ ਕਰ ਇਹਨਾਂ ਦੇ ਰੋਜ਼ੇ ਖਲਵਾਏ। ਸਿੱਖ ਯੂਥ ਸੇਵਾ ٹرسٹ ਵੱਲੋਂ ਪਿੰਡ ਵਿੱਚ ਪਹੁੰਚ ਇਫਤਾਰ ਪਾਰਟੀ ਤੇ ਪੂਰੇ ਇੰਤਜ਼ਾਮ ਕੀਤੇ ਤਾਂ ਰਮضان ਦੇ ਇਹਨਾਂ ਦਿਨਾਂ ਵਿੱਚ ਮੌਜੂਦ ਹ शान के चेहरे पर रौनक आ गई हाँ जी बिल्कुल सर ये एक रमज़ान का पाक महीना पाक पवित्र महीना माना जाता है जो मुस्लिम लीग में तो हम कल सर बॉर्डर में गए थे चक्रोई से आगे वहाँ पे मुस्लिम परिवारों के साथ उन्होंने जो इस पाक रमज़ान महीने में रोजे रखे हुए उनका जो इफ्तार पार्टी बोलते जो रात शाम को रोजे वो खोलते हैं उनके लिए हम राशन और फल फ्रूट लेके वहाँ पर गए थे तो उनके बच्चों को भी हमने जाके दिया और उनको अवेयरनेस के लिए भी जो हमारे तेजिंदर सिंह अमन वीर जी ने उनको सब बताया कि ये सैनिटाइज भी करके आए थोड़ा सा और राशन भी दिया फल फ्रूट भी जो उनके लिए जो पाक महीने में जो जो रमज़ान के लिए जो नमाज अदा करते हैं ਔਰ ਸੋਸ਼ਲ ਡਿਸਟੈਂਸ ਕੇ ਬਾਰੇ ਵਿੱਚ ਵੀ ਉਹਨਕੋ ਬਤਾਇਆ ਕੁਝ ਜੋ ہماری ਤਰਫ ਸੇ ਸਰਕਾਰ ਕੀ ਤਰਫ ਸੇ ਜੋ ਲਾਕਡਾਊਨ ਹੋਇਆ ਇਸ ਵਾਇਰਸ ਕੇ ਲਈ ਉਹਨਕੋ ਵੀ ਥੋੜਾ ਸਾ ਵਾਹ ਪੇ ਸਮਝਾ ਕੇ ਆਏ ਕਿਉਂਕਿ ਇਹ ਵੀ ਸਾਡੇ ਇੱਕ ਸਮਾਜ ਦਾ ਹਿੱਸਾ ਹੈ ਇਸ ਟਾਈਮ ਅਸੀਂ ਇਨਸਾਨੀਅਤ ਦੇਖ ਰਹੇ ਨਾ ਕਿ ਧਰਮ ਨਾ ਕਿ ਜਾਤ ਉਹ ਨਾ ਪਾਤ ਦੇਖ ਰਹੇ ਇਹ ਆਸੀ ਪਾਈਚਾਰੇ ਦੀ ਮਿਸਾਲ ਹੈ ਧਰਮ ਤੋਂ ਉੱਪਰ ਉੱਠ ਉਹਨਾਂ ਫਿਰਕੂ ਤਾਕਤਾਂ ਲਈ ਵੰਗਾਰ ਹੈ ਜੋ ਧਰਮ ਦੇ ਆਧਾਰ ਤੇ ਇਨਸਾਨ ਨੂੰ ਇਨਸਾਨ ਨਾਲ ਲੜਾ ਰਹੀਆਂ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ